वाहगुरु जी का खालसा, वाहगुरु जी की फतेह। मेरा नाम विक्रमजीत सिंह है जी, मैं तरन तारण तो बिलोंग करता जी। मेरी इतने छोटी जी एक अकैडमी है, PB46 भंगड़ा अकैडमी जी। जी सर जी, ये अपने लोकल ही तरन तारण गोइंदवाल बाईपास तरन तारण से होया जी, GK पन्नू पैलेस विच जी। जी सर, सर असी जी जिन्हें भी बच्चे इतने पार्टीसपेट करना आए हैं, काफ़ी दूर तो आए हैं, अबोहर तो, गंगानगर तो, पठानकोट तो, बठी पसाना तो, असी सब नू ही सम्मानित करके कैश प्राइज दे के ही भेजांगे इतों जी। सब नू ट्रॉफीज, मैडल और सर्टिफिकेट दे के इतों भेज रहे हैं। हाँ जी सर, मेरा नाम जैसमिन कौर है एंड मैं तरन तारण तो ही बिलोंग करती हाँ। तो मैं PB46 भंगड़ा अकैडमी की एक छोटी जी मीनस की पार्ट हैगी हाँ। तो मैं भंगड़ा सीखती हाँ सर तो, एज अ गिद्धा कोच सर तो कम करती हाँ, कोच सर तो ही मैं करती हाँ, जॉब करती हाँ, तो नाल छोटे बच्चों या फिर वे बच्चों गिद्धे सिखलाई दें। जी अच्छा, हाँ जी,
ਅਕੈਡਮੀ ਹੈਗੀ ਆ ਕਰਮ ਸਿੰਘ ਹਾਲ ਲਾਗੇ ਆ ਨੀਅਰ, ਅਤੇ ਪੀ ਬੀ ਸ਼ਿਆਲੀ ਭੰਗੜਾ ਅਕੈਡਮੀ ਦਾ ਨਾਮ ਹੈਗਾ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਡਾਕਟਰ ਹਰਵਿੰਦਰ ਪਾਸੀ ਆ ਅਤੇ ਮੈਂ ਸਰਦਾ ਹੀ ਸਟੂਡੈਂਟ ਆ। ਅਤੇ ਸਾਨੂੰ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਪਿਆਰ ਸੀ, ਅਸੀਂ ਭੰਗੜੇ ਦੇ ਬਹੁਤ ਜ਼ਿਆਦਾ ਸ਼ੌਕੀਨ ਸੀ ਅਤੇ ਸਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਇਹ ਅਕੈਡਮੀ ਖੁੱਲ੍ਹੀ ਆ ਅਤੇ ਅਕੈਡਮੀ ਕਾਫੀ ਚਿਰ ਤੋਂ ਹੀ ਖੁੱਲ੍ਹੀ ਔਰ ਸਾਡੇ ਨਾਲ ਜੁੜੇ ਹਾਂ ਅਸੀਂ। ਤਾਂ ਜਿਹੜਾ ਸਾਡਾ ਕੰਪੀਟੀਸ਼ਨ ਹੈ ਇਹ ਕਾਫੀ ਸਾਲਾਂ ਬਾਅਦ ਤਰਨ ਤਾਰਨ ਜ਼ਿਲ੍ਹੇ 'ਚ ਡਿਸਟ੍ਰਿਕਟ ਲੈਵਲ 'ਤੇ ਇਹ ਪਹਿਲਾ ਕੰਪੀਟੀਸ਼ਨ ਆ ਜਿਹਦੇ ਵਿੱਚ ਸਾਡੇ ਕੋਚ ਸਾਹਿਬ ਵਿਕਰਮਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੇ ਉਪਰਾਲੇ ਦੇ ਨਾਲ ਇੱਥੇ ਤਰਨ ਤਾਰਨ ਦੇ ਵਿੱਚ ਅਸੀਂ ਕੰਪੀਟੀਸ਼ਨ ਸਾਡੀ ਟੀਮ ਪੀ ਬੀ ਸ਼ਿਆਲ ਜੀ ਸਾਰੀ ਜਿਹੜੀ ਮਿਲ ਕੇ ਕੰਪੀਟੀਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਕਰਾ ਰਹੀ ਆ ਅਤੇ ਸਾਰਿਆਂ ਨੇ ਬੜੇ ਪੱਧਰ 'ਤੇ ਜਿਹੜਾ ਕੰਪੀਟੀਸ਼ਨ 'ਚ ਹਿੱਸਾ ਲਿਆ ਬੱਚੇ ਬਹੁਤ ਵਧੀਆ ਕਰ ਰਹੇ ਨੇ। ਤਾਂ ਮੈਂ ਸਰ ਦਾ ਵੀ ਬਹੁਤ ਹੈ ਦਿਲੋਂ ਧੰਨਵਾਦ ਹਾਂ, ਪੀ ਬੀ ਸ਼ਿਆਲੀ ਭੰਗੜਾ ਅਕੈਡਮੀ ਦਾ ਵੀ ਤਹਿ ਦਿਲੋਂ ਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ। ਤਾਂ ਬਾਕੀ ਮੈਂ ਸਾਰਿਆਂ ਨੂੰ ਛੋਟਾ ਜਿਹਾ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਕਿ ਸੱਭਿਆਚਾਰ ਤੋਂ ਆਪਾਂ ਦੂਰ ਹੋ ਰਹੇ ਹਾਂ ਤਾਂ ਇਹਦੇ ਨਾਲ ਜੁੜਨਾ ਚਾਹੀਦਾ ਹੈ। ਬਹੁਤ ਹੀ ਮੈਂ ਪੇਰੈਂਟਸ ਨੂੰ ਵੀ ਕਹਿਣਾ ਚਾਹੁੰਦਾ ਕਿ ਫੋਨ ਬੱਚਿਆਂ ਦੇ ਹੱਥ 'ਚ ਅੱਜ ਕੱਲ੍ਹ ਆਮ ਨੇ ਤਾਂ ਪਰ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਤੋਂ ਦੂਰ ਕਰ ਰਹੇ ਹਾਂ ਜਿਹੜੀ ਚੀਜ਼ ਆਪਣੀ ਆਪਾਂ ਨੂੰ ਵਿਸਾਰਤ 'ਚ ਜਿਹੜੀ ਮਿਲੀ ਸੀ ਸੱਭਿਆਚਾਰ, ਇਹਦੇ ਨਾਲ ਜੁੜਨੀ ਰਹੇ ਜਾਂ ਆਪਾਂ ਕਹਿ ਲਓ ਕਿ ਬਹੁਤ ਇਹੋ ਜਿਹੀਆਂ ਚੀਜ਼ਾਂ ਸਿੱਖ ਲਈਆਂ ਨੇ ਕਿ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਕੀਤਾ ਹੈ ਤਾਂ ਇਸ ਨਾਲ ਜੁੜਨਾ ਚਾਹੀਦਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਮੈਂ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ। ਸਰ ਅੱਜ ਭੰਗੜੇ, ਗਿੱਧੇ ਅਤੇ ਵੈਸਟਰਨ ਦੇ ਕੰਪੀਟੀਸ਼ਨ ਹੋਣ ਰਹੇ ਨੇ ਤਰਨ ਤਾਰਨ ਸਾਹਿਬ ਵਿੱਚ, ਪੀ ਬੀ ਛਿਆਲੀ ਤਰਨ ਤਾਰਨ ਭੰਗੜਾ ਅਕੈਡਮੀ ਜੋ ਕਿ ਵਿਕਰਮ ਸਰ ਵੱਲੋਂ ਔਰਗਨਾਈਜ਼ ਕੀਤਾ ਗਿਆ ਸਾਰਾ ਪ੍ਰੋਗਰਾਮ। ਸੋ ਬਹੁਤ ਹੀ ਦੂਰੋਂ ਦੂਰੋਂ ਟੀਮਾਂ ਆਈਆਂ ਆ, ਓਵਰਆਲ ਪੰਜਾਬ ਤੋਂ ਸਾਰੀਆਂ ਟੀਮਾਂ ਆ ਕੇ ਪਰਫੋਰਮ ਕਰ ਰਹੀਆਂ ਆ, ਅੰਦਰ ਬਹੁਤ ਹੀ ਸੋਹਣਾ ਕੰਪੀਟੀਸ਼ਨ ਚੱਲ ਰਿਹਾ ਆ ਅਤੇ ਬੱਚੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰ ਰਹੇ ਨੇ ਜੀ। ਸੋ ਸਰ ਅੱਗੇ ਦੇ ਇੱਦਾਂ ਦੇ ਕੰਪੀਟੀਸ਼ਨ ਹੋਰ ਦੇਖਣ ਨੂੰ ਮਿਲਣਗੇ ਆਪਾਂ ਨੂੰ? ਬਿਲਕੁਲ ਸਰ, ਬਹੁਤ ਡੈਫੀਨੇਟਲੀ ਮਿਲਣਗੇ ਕਿਉਂਕਿ ਵਿਕਰਮ ਸਰ ਖੁਦ ਹੀ ਬਹੁਤ ਮਿਹਨਤ ਕਰਦੇ ਨੇ, ਜਿਵੇਂ ਤਰਨ ਤਾਰਨ ਸਾਹਿਬ ਅੰਮ੍ਰਿਤਸਰ ਬਹੁਤ ਹੀ ਵਧੀਆ ਇਹਨਾਂ ਦਾ ਹੋਲਡ ਆ ਅਤੇ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਨੇ ਬਹੁਤ ਸੋਹਣੀ ਕਿਉਂਕਿ ਆਪ ਵੀ ਇਹ ਕੰਪੀਟੀਸ਼ਨਾਂ 'ਚ ਬੱਚੇ ਲੈ ਕੇ ਜਾਂਦੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਵਿਕਰਮ ਸਾਹਿਬ ਨੇ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਹੈ ਇਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਅਤੇ ਨੈਕਸਟ ਵੀ ਇਹ ਇਸ ਤੋਂ ਵਧੀਆ ਈਵੈਂਟ ਕਰਵਾਉਣ। ਹਾਂਜੀ ਸਰ, ਆਪਣਾ ਸ਼ੁਭ ਨਾਮ ਜੀ? ਹਾਂਜੀ ਜੀ, ਮੇਰਾ ਨਾਮ ਅਮਨਦੀਪ ਸਿੰਘ ਹੈ, ਮੈਂ ਹੈੱਡ ਹਾਂ ਗੌਰਮੈਂਟ ਹਾਈ ਸਕੂਲ ਡਾਲੀਗੇ ਤੋਂ ਜੀ। ਸੋ ਜਿਵੇਂ ਛੁੱਟੀਆਂ ਦੇ ਵਿੱਚ ਇਹਨਾਂ ਨੇ ਸਮਰ ਕੈਂਪ ਲਗਾਏ ਨੇ, ਸਕੂਲਾਂ ਦੇ ਵਿੱਚ ਵੀ ਸਾਡੇ ਕੋ ਕੋਰੀਕੁਲਰ ਐਕਟੀਵਿਟੀਜ਼ ਚੱਲਦੀਆਂ ਨੇ, ਪਰ ਇਹਨਾਂ ਦੇ ਜੋ ਸੁਣਨ 'ਚ ਇੱਥੇ ਆਇਆ ਤਕਰੀਬਨ ਹੋਰ ਵੀ ਕੋਚ ਇੱਥੇ ਹੋਣਗੇ ਭੰਗੜਾ ਗਿੱਧਾ ਸਿਖਾਉਂਦੇ ਹੋਣਗੇ, ਪਰ ਐਡੇ ਵੱਡੇ ਪੱਧਰ 'ਤੇ ਤਕਰੀਬਨ 20 ਸਾਲ ਬਾਅਦ ਇਹ ਫੰਕਸ਼ਨ ਜਿਹੜਾ ਵਾ ਉਹ ਪੀ ਬੀ ਛਿਆਲੀ ਭੰਗੜਾ ਕਲੱਬ ਨੇ ਕਰਾਇਆ ਵਾ, ਉਹਦਾ ਸਿਹਰਾ ਜਿਹੜਾ ਹੈ ਉਹ ਮੇਰੇ ਵੀਰ ਵਿਕਰਮਜੀਤ ਸਿੰਘ ਔਰ ਸਾਡੀ ਭੈਣ ਛੋਟੀ ਜਸਲੀਨ ਕੌਰ ਜੋ ਕਿ ਗਿੱਧੇ ਦੇ ਬਹੁਤ ਵਧੀਆ ਇਹਨਾਂ ਨੇ ਕੋਚਿੰਗ ਦਵਾਈ ਆ, ਔਰ ਅੱਜ ਜਿਹੜੇ ਇਸ ਅਕੈਡਮੀ ਦੇ ਬੱਚੇ ਅਗਰ ਫਸਟ ਸੈਕਿੰਡ ਥਰਡ ਆਏ ਨੇ ਉਹਦਾ ਸਿਹਰਾ ਜਿਹੜਾ ਉਹ ਇਹਨਾਂ ਦੋਨਾਂ ਨੂੰ ਹੀ ਜਾਂਦਾ ਹੈ। ਪਰਮਾਤਮਾ ਇਹਨਾਂ ਨੂੰ ਔਰ ਇਹਨਾਂ ਦੀ ਟੀਮ ਸਾਰੀ ਨੂੰ ਹੋਰ ਤਰੱਕੀ ਬਖਸ਼ੇ। ਸਰ ਮੈਂ ਸਮਝਦਾ ਹਾਂ ਕਿ ਜਦੋਂ ਤਾਂ ਦੇਖੋ ਲੋਕਡਾਊਨ ਸੀ ਅਤੇ ਬੱਚਿਆਂ ਨੂੰ ਅਸੀਂ ਇੰਨਾ ਕੁ ਜ਼ਿਆਦਾ ਮੋਬਾਈਲਾਂ ਦੇ ਨਾਲ ਜੋੜ ਲਿਆ ਸੀ, ਹੁਣ ਉਹਨਾਂ ਨੂੰ ਬਾਹਰ ਕੱਢਣ ਦਾ ਸਮਾਂ ਕਿਉਂਕਿ ਹੁਣ ਇਹੋ ਜਿਹੀ ਕੋਈ ਤਰਾਸਦੀ ਨਹੀਂ ਹੈਗੀ, ਸੋ ਸਾਡੇ ਬੱਚੇ ਜਿਹੜੇ ਆ ਸਵੇਰ ਤੋਂ ਸ਼ਾਮਾਂ ਤੱਕ ਫੋਨਾਂ ਦੇ ਵਿੱਚ ਹੀ ਵੜੇ ਨੇ, ਉਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਬਾਹਰ ਲਿਆਈਏ ਅਤੇ ਉਹਨਾਂ ਨੂੰ ਸਾਡੇ ਸਹੀ ਸੱਭਿਆਚਾਰ ਜੋ ਸਾਡਾ ਪੰਜਾਬ ਦਾ ਵਿਰਸਾ ਹੈ ਉਹਦੇ ਨਾਲ ਉਹਨੂੰ ਜੋੜੀਏ, ਉਹ ਭੰਗੜੇ ਗਿੱਧੇ ਵੱਲ ਆਉਣ ਤਾਂ ਕਿ ਉਹਨਾਂ ਦੀ ਸਰੀਰਕ ਫਿਟਨੈਸ ਵੀ ਬਣੇ ਔਰ ਸਾਡਾ ਇਹ ਸੱਭਿਆਚਾਰ ਦੇ ਨਾਲ ਵੀ ਜੁੜੇ ਰਹੀਏ। ਉਹਦੇ ਲਈ ਸਾਡੇ ਜਿਹੜੀ ਅਕੈਡਮੀ ਦੇ ਸਾਡੇ ਕੋਚ ਨੇ ਕਾਫੀ ਮਿਹਨਤ ਕਰ ਰਹੇ ਨੇ, ਉਹਨਾਂ ਬੱਚੇ ਇਹਨਾਂ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਵਾ ਉਹ ਬੜਾ ਵਧੀਆ ਇੱਥੇ ਹੋ ਨਿਬੜਿਆ ਵਾ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਚਾਹਾਂਗੇ ਕਿ ਇਸ ਤੋਂ ਵੀ ਇਹ ਜਾਰੀ ਤਰੱਕੀ ਕਰਨ, ਸਾਡੇ ਬੱਚੇ ਜਿਹੜੇ ਸਾਡੇ ਸੱਭਿਆਚਾਰ ਨਾਲ ਜੁੜਨ, ਉਹਨਾਂ ਦੀ ਸਿਹਤ ਵੀ ਠੀਕ ਰਹੇ ਔਰ ਉਹ ਚੰਗੀਆਂ ਜਿਹੜੀਆਂ ਮੋਰਲ ਐਜੂਕੇਸ਼ਨ ਹੈ ਉਹਨਾਂ ਦੇ ਵਿੱਚ ਡਿਵੈਲਪ ਹੋ ਸਕੇ। ਜੀ, ਥੈਂਕ ਯੂ। ਮੇਰਾ ਨਾਮ ਅਭਿਜੀਤ ਸਿੰਘ ਹੈ, ਮੈਂ ਪੀ ਬੀ ਛਿਆਲੀ ਭੰਗੜਾ ਅਕੈਡਮੀ ਦਾ ਮੈਂਬਰ ਹਾਂ ਅਤੇ ਮੈਨੂੰ ਉੱਥੇ ਭੰਗੜਾ ਕਰਨਾ ਅਤੇ ਵਿੱਕੀ ਸਰ ਬਹੁਤ ਪਸੰਦ ਨੇ ਅਤੇ ਸਰ ਜਿੰਨਾ ਭੰਗੜਾ ਮੈਂ ਸਿੱਖਿਆ ਵਿੱਕੀ ਸਰ ਦੀ ਦੁਆਰਾ ਸਿੱਖ ਪਾਇਆ ਵਾ ਅਤੇ ਅਸੀਂ ਕੰਪੀਟੀਸ਼ਨ ਬਹੁਤ ਖੇਡੇ ਹੋਏ ਹੈ ਅਤੇ ਇਸ ਵਾਰ ਅਸੀਂ ਕੰਪੀਟੀਸ਼ਨ ਕਰਾ ਵੀ ਰਹੇ ਨੇ। ਬਹੁਤ ਬੱਚੇ ਆਏ ਸੀ ਅਤੇ ਬਹੁਤ ਤਰ੍ਹਾਂ ਦੇ ਭੰਗੜੇ ਕੀਤੇ, ਵੱਖਰੇ ਵੱਖਰੇ ਉਹਨਾਂ ਨੇ ਸਟੈਪ ਕੀਤੇ ਅਤੇ ਵੈਸਟਰਨ ਵੀ ਆ ਡਾਂਸ ਆਏ ਨੇ। ਜਿਵੇਂ ਅੱਜ ਕੰਪੀਟੀਸ਼ਨ ਕਰਾਇਆ ਸਾਨੂੰ ਬਹੁਤ ਵਧੀਆ ਲੱਗਾ ਕਿ ਸਰ ਨਾਲ ਵਰਕ ਕੀਤਾ ਵਾ, ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਸਾਨੂੰ ਕਿ ਸਰ ਨੇ ਸਾਡੀ ਬਹੁਤ ਹੈਲਪ ਕੀਤੀ।